ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਰੇਲਵੇ ਟਿਕਟ ਕਲੈਕਟਰ ਦੇ ਰਿਲੇਟਿਡ ਅਪਡੇਟ ਹੈ ਸੋ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਸਰ ਕਿੱਦਾਂ ਇਹਦੇ ਲਈ ਅਪਲਾਈ ਕਰਨਾ ਹੈ ਜੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਸੋ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਏ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਸ ਦੇ ਲਈ ਸਿੰਪਲੀ Google ਤੇ ਜਾਣਾ ਹੈ ਤੁਸੀਂ ਜੀ ਉੱਤੇ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ ਜੋ ਕਿ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ ਜੀ ਉੱਥੋਂ ਸਾਰੇ ਤੁਸੀਂ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਏਗਾ ਤਾਂ ਜ਼ਰੂਰ ਕਮੈਂਟ ਬਾਕਸ 'ਚ ਲਿਖਿਓ ਮੈਂ ਤੁਹਾਡੇ ਲਈ ਸਾਰੇ ਆਨਸਰ ਜਿਹੜੇ ਨੇ ਉਹ ਦਵਾਂਗਾ ਜੀ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ TT ਮਤਲਬ ਟ੍ਰੈਵਲ ਟਿਕਟ ਐਗਜ਼ਾਮੀਨਰ ਦੀ ਵੈਕੈਂਸੀਜ਼ ਦੇ ਲਈ ਹੈ ਜਿਸ ਦੇ ਵਿੱਚ ਅਪਰੋਕਸ 11000 ਪਲੱਸ ਵੈਕੈਂਸੀਜ਼ ਦਾ ਅਪਡੇਟ ਹੈ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ एलिजिਬਿਲਟੀ ਕ੍ਰਾਈਟੇਰੀਆ ਹੀ ਡਿਸਕਸ ਕਰਨ ਵਾਲੇ ਆ ਜਿਸ ਦੇ ਵਿੱਚ 18 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਨੇ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਔਰ ਇਸੇ ਦੇ ਨਾਲ ਈਜ਼ ਰੈਲੈਕਸੇਸ਼ਨ ਜਿਹੜੀ ਰਿਜ਼ਰਵ ਕੈਟਾਗਰੀ ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਇੱਥੇ ਦਿੱਤੀ ਹੀ ਜਾਵੇਗੀ ਔਰ ਇਸ ਦੇ ਵਿੱਚ 10th 12th ਅਤੇ ਡਿਪਲੋਮਾ ਕੈਂਡੀਡੇਟ ਨਹੀਂ ਐਲੀਜੀਬਲ ਨਹੀਂ ਅਪਲਾਈ ਕਰ ਸਕਦੇ ਨੇ ਔਰ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਰਿਫੰਡੇਬਲ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਪੇਪਰ अटेम्प्ट ਕਰ ਲੈਂਦੇ ਹੋ ਠੀਕ ਹੈ ਤਾਂ ਤੁਸੀਂ ਉਹਦਾ ਰਿਫੰਡ ਜਿਹੜਾ ਹੈ ਜਿਹਨਾਂ ਦੇ ਪੋਰਟਲ ਤੇ ਜਾ ਕੇ ਲੈ ਸਕਦੇ ਹੋ ਸਿੰਪਲ ਜੀ ਹੈ ਇਸ ਦੇ ਵਿੱਚ ਕਿ ਤੁਸੀਂ ਪੇ ਕਰੋਗੇ ਪਹਿਲੋ ਫੀਸ ਉਹ ਤੁਹਾਨੂੰ ਰਿਫੰਡ ਕਰ ਦਿੱਤੀ ਜਾਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਇਸ ਦੇ ਵਿੱਚ एससी ਐਸਟੀ ਫੀਮੇਲ ਕੈਂਡੀਡੇਟ ਦੇ ਲਈ 250 ਹੈ ਤੇ ਜਨਰਲ ਕੈਟੇਗਰੀ ਦੇ ਲਈ 500 ਰੁਪਏ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗ ਦੀ ਤਾਂ ਇੱਥੇ ਜਿਹੜਾ ਸਭ ਤੋਂ ਪਹਿਲਾਂ ਹੈਗਾ ਅਰਿਥਮੈਟਿਕ ਦੇ 40 ਕੁਐਸਚਨ 40 ਮਾਰਕਸ ਦੇ ਜਿਹੜੇ ਨੇ ਰਹਿਣਗੇ ਜਨਰਲ ਅਵੇਅਰਨੈਸ ਦੇ 40 ਕੁਐਸਚਨ 40 ਮਾਰਕਸ ਦੇ ਜਨਰਲ ਇੰਟੈਲੀਜੈਂਸ ਦੇ 40 ਕੁਐਸਚਨ 40 ਮਾਰਕਸ ਦੇ ਰਹਿਣਗੇ ਟੈਕਨੀਕਲ ਅਬਿਲਿਟੀ ਦੇ 40 ਕੁਐਸਚਨ 40 ਮਾਰਕਸ ਦੇ ਰੀਜ਼ਨਿੰਗ ਅਬਿਲਿਟੀ ਦੇ 40 ਕੁਐਸਚਨ 40 ਮਾਰਕਸ ਦੇ ਟੋਟਲ 200 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਤੇ 200 ਕੁਐਸਚਨਸ ਹੀ ਇੱਥੇ ਜਿਹੜੇ ਨੇ ਉਹ ਤੁਹਾਨੂੰ ਇਸ ਦੇ ਵਿੱਚ ਪੁੱਛੇ ਜਾਣਗੇ। ਸੋ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂଥି ਜਿਹੜੀ ਐਲੀਜੀਬਿਲਟੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਤੁਹਾਡਾ ਸੀ ਸੀਬੀਟੀ ਐਗਜ਼ਾਮ ਹੋਵੇਗਾ। ਜਿਹੜੇ ਜਿਹੜੇ ਕੈਂਡੀਡੇਟ ਕੁਆਲੀਫਾਈ ਕਰਨਗੇ ਪੀਈਟੀ ਲਈ ਜਾਣਗੇ, ਮੈਡੀਕਲ ਐਗਜ਼ਾਮ ਹੋਵੇਗਾ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਥਰੂ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜਿਸ ਦੇ ਵਿੱਚ ਹੋਣੀ ਹੈ। ਤੇ 18 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਪਲੱਸ 8 ਦਾ ਰੈਲੈਕਸੇਸ਼ਨ ਤੁ ਤੇ ਆਉਣ ਦੇ ਕੀ ਚਾਂਸਸ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਵੈਕੈਂਸੀਸ ਨੇ ਜਿਹੜੀਆਂ ਕਿ ਰੇਲਵੇ ਦੀਆਂ ਕਾਫੀ ਟਾਈਮ ਤੋਂ ਨਹੀਂ ਆਈਆਂ ਜਿਹਦੇ ਲਈ ਤੁਸੀਂ ਅਪਲਾਈ ਕਰਨ ਲਈ ਕਮੈਂਟ ਬਾਕਸ ਕਮੈਂਟ ਵੀ ਕਰ ਰਹੇ ਹੋ ਸੋ ਇਸੇ ਤਰ੍ਹਾਂ ਹੀ ਇਹ ਵੈਕੈਂਸੀਸ ਜਿਹੜੀਆਂ ਨੇ ਕਾਫੀ ਟਾਈਮ ਤੋਂ ਨਹੀਂ ਆਈਆਂ ਸੋ ਇਹ ਨੋਟੀਫਿਕੇਸ਼ਨ 2023 ਜਿਹੜਾ ਜੀ ਉਹ ਆਣਾ ਹੈ ਸੋ ਜਿਹਦੇ ਲਈ ਤੁਸੀਂ ਅਪਲਾਈ ਜ਼ਰੂਰ ਕਰੋਗੇ ਤੇ ਮੈਂ ਤੁਹਾਡੇ ਲਈ ਸਾਰੀਆਂ ਵੈਕੈਂਸੀਜ਼ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਜਿਹੜੇ ਬਾਰੇ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਆਪਣੀ ਤਿਆਰੀ ਜ਼ਰੂਰ ਕਰ ਲੈਣਾ ਕਿਉਂਕਿ ਉਸ ਤੋਂ ਬਿਨਾ ਜਿਹੜਾ ਹੈ ਤੁਹਾਨੂੰ ਇਸ ਦੇ ਵਿੱਚ ਜਿਹ ਹੀ ਹੋਵੇਗੀ ਸੋ ਚੈੱਕ ਕਰਕੇ ਤੁਸੀਂ ਜ਼ਰੂਰ ਅਪਲਾਈ ਕਰਿਓ ਡਿਟੇਲਸ ਅਗਰ ਤੁਹਾਨੂੰ ਹੋਰ ਰਿਕੁਆਇਰਡ ਹੋਣਗੇ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਲਈ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ